ਕਿੰਨੀ ਕੁ ਖੁਸ਼ੀ ਮਿਲੀ 75 ਵਰਿਆਂ ਬਾਅਦ ਆਪਣੀ ਭੈਣ ਨੂੰ ਮਿਲਿਆ? ਦੇਖੋ ਜੀ, ਬਿਆਨ ਨਹੀਂ ਕੀਤੀ ਜਾਂਦੀ ਜਿੰਨੀ ਖੁਸ਼ੀ ਅੱਜ ਮਿਲ ਕੇ ਹੋਈ ਹੈ, ਤੇ ਬਹੁਤ ਹੀ ਦਿਲ ਖੁਸ਼ ਹੋਇਆ। ਸਾਡੀ ਭੈਣ ਜੀ ਛੋਟੇ ਹੁੰਦੇ ਹੀ ਜਦੋਂ 47 'ਚ ਰੌਲੇ ਪਏ ਨੇ, ਉਦੋਂ ਇਹ ਪਰਿਵਾਰ ਨਾਲੋਂ ਵਿਛੜ ਗਏ। ਅੱਛਾ ਸਰਦਾਰ ਜੀ, ਜਦੋਂ ਪਤਾ ਚੱਲਿਆ, ਹਾਂਜੀ, ਤੇ ਫਿਰ ਕੀ ਦਿਲ ਕਹਿੰਦਾ ਸੀ? ਦਿਲ ਤਾਂ ਇਹ ਕਹਿੰਦਾ ਸੀ ਵੀ ਆਪਾਂ ਦਿਨ ਚੜ੍ਹਦੇ ਤੋਂ ਪਹਿਲਾਂ ਉਹਨਾਂ ਨੂੰ ਮਿਲੀਏ। ਹਾਂਜੀ ਵੀਰੋ, ਇਹ ਦਾਦੀ ਅੰਮਾ ਦੇ ਭਾਈ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਨੇ, 1947 ਦੇ ਵਿਛੜੇ ਸਨ ਅਤੇ ਅੱਜ ਮਿਲੇ ਨੇ ਦਾਦੀ ਅੰਮਾ ਆਪਣੇ ਭਾਈਆਂ ਨੂੰ। ਕਦੀ ਸੋਚਿਆ ਸੀ ਵੀ ਇੱਦਾਂ ਹੋ ਜਾਏਗਾ? ਨਹੀਂ, ਬਿਲਕੁਲ ਕਦੇ ਸੁਪਨੇ 'ਚ ਵੀ ਨਹੀਂ ਸੀ ਇਹ। ਜਦੋਂ ਬਜ਼ੁਰਗ ਸਾਨੂੰ ਬਹਿੰਦੇ ਸੀ, ਗੱਲਾਂ ਹੁੰਦੀਆਂ ਸੀ, ਅਤੇ ਉਹ ਦੱਸਦੇ ਸੀ ਵੀ ਇਸ ਤਰ੍ਹਾਂ ਰਾਤ ਅਸੀਂ ਪਿੰਡੋਂ ਨਿਕਲੇ, ਅਤੇ ਜਦੋਂ ਅਸੀਂ ਕੋਈ 10-12 ਮੀਲ ਪਿੰਡ ਤੋਂ ਦੂਰ ਆਏ ਅਤੇ ਰਾਤ ਦਾ ਹਨੇਰਾ ਹੋ ਗਿਆ, 8-9 ਦਾ ਟਾਈਮ, ਉੱਥੇ ਕੁਛ ਸ਼ਰਾਰਤੀ ਲੋਕਾਂ ਨੇ ਹਮਲਾ ਕਰਤਾ, ਵੱਢ ਟੁੱਕ ਹੋਈ, ਅਤੇ ਉੱਥੋਂ ਆਪਾਂ ਆਪਣੀ ਜਾਨ ਬਚਾ ਕੇ ਬਸ ਭੱਜਣ ਦੀ ਕੀਤੀ, ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ, ਜਿੱਧਰ ਕਿਸੇ ਦਾ ਮੂੰਹ ਹੋਇਆ ਚਲਾ ਗਿਆ। ਅੱਜ ਵੀਰ ਜੀ ਕਿੰਨੀ ਮੁਲਾਕਾਤ ਆ? ਕਿੰਨਵੀਂ? ਤੀਸਰੀ? ਹਾਂਜੀ, ਅੱਜ ਤੀਸਰੀ ਮੁਲਾਕਾਤ ਆ ਦਾਦੀ ਅੰਮਾ ਨਾਲ। ਨਹੀਂ, ਦੂਸਰੀ। ਤੁਹਾਡੀ ਨਹੀਂ, ਤੁਹਾਡੀ ਦੂਸਰੀ ਹੈ, ਸੁਣ ਵੀ ਆ ਕੇ ਗਿਆ। ਅੱਜ ਤੀਸਰੀ ਹੈ ਨਾ? ਹਾਂ ਹਾਂ। ਹਾਂਜੀ ਵੀਰੋ, ਇਹ ਦਾਦੀ ਅੰਮਾ ਦੇ ਭਾਈ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਨੇ, 1947 ਦੇ ਵਿਛੜੇ ਸਨ ਅਤੇ ਅੱਜ ਮਿਲੇ ਨੇ ਦਾਦੀ ਅੰਮਾ ਆਪਣੇ ਭਾਈਆਂ ਨੂੰ। ਇਹ ਦਾਦੀ ਅੰਮਾ ਦੇ ਭਤੀਜੇ ਨੇ। ਹਾਂਜੀ, ਉਹ ਭਰਾ ਨੇ। ਸਵਾ ਮਹੀਨਾ ਵੱਧ ਲਾ ਕੇ ਅੱਜ ਯਾਰ, ਮੈਂ ਸਾਰਿਆਂ ਨੂੰ ਲੈ ਕੇ ਆਉਣਾ ਸੀ, ਤਾਂ ਟਾਈਮ ਲੱਗ ਗਿਆ ਪਾਕਿਸਤਾਨ ਦੇ। ਸਾਡਾ ਪਟਿਆਲੇ ਚ ਸਤਰਾਣਾ ਪਿੰਡ ਹੈ। ਕਿਹੜਾ ਪਿੰਡ ਜੀ ਆਪਣਾ? ਸਤਰਾਣਾ ਪਿੰਡ ਹੈ, ਜ਼ਿਲ੍ਹਾ ਪਟਿਆਲਾ। 72 ਸਾਲਾਂ ਬਾਅਦ, 75 ਸਾਲ ਬਾਅਦ ਮਿਲਿਆ ਸਾਨੂੰ। ਹਾਂਜੀ ਵੀਰ ਜੀ, ਕਿੱਦਾਂ ਦਾ ਲੱਗਾ ਜੀ ਮਿਲ ਕੇ? ਜਾਣ ਮੇਰੇ ਕੋਈ ਨਹੀਂ ਦਾਦੀ ਅੰਮਾ ਨਾਲ ਕਰਦੇ ਹਾਂ ਬਾਅਦ 'ਚ ਆਪਾਂ ਗੱਲਬਾਤ। ਇੱਧਰ ਆ ਜਾਓ, ਇੱਧਰ ਇੱਧਰ ਆਓ। ਕਿੰਨੇ ਭਾਈ ਆਏ ਨੇ? ਦੋ? ਅਸੀਂ ਦੋ ਆਏ। ਕਿਹੜੇ ਕਿਹੜੇ? ਮੈਂ ਇੱਕ ਗੁਰਮੁਖ ਸਿੰਘ ਆਪਣੇ ਭਾਈ ਜੀ ਜੀ ਇੱਧਰ ਆਉਂਦਾ। ਹਾਂਜੀ ਵੀਰੋ, ਦਾਦੀ ਅੰਮਾ ਦੇ ਭਾਈ ਆਏ ਨੇ ਚੜ੍ਹਦੇ ਪੰਜਾਬ ਤੋਂ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਅਦ 'ਚ, ਚਲੋ ਪਹਿਲੇ ਮਿਲ ਲਈਏ। ਅਸਲਾਮ ਅਲੈਕੁਮ, ਮੈਂ ਹਾਂ ਨਜ਼ਰ ਬੂਬਕ ਅਤੇ ਮੇਰੇ ਨਾਲ ਇਮਰਾਨ ਸ਼ਹਿਜ਼ਾਦ। ਵੀਰੋ, ਅੱਜ ਅਸੀਂ ਪਹੁੰਚੇ ਹਾਂ ਕਰਤਾਰਪੁਰ ਸਾਹਿਬ, ਅਤੇ ਸਾਡੇ ਨਾਲ ਨੇ ਦਾਦੀ ਅੰਮਾ ਜੀ, ਜਿਨ੍ਹਾਂ ਦਾ ਇੰਟਰਵਿਊ ਪਹਿਲੇ ਵੀ ਕੀਤਾ ਸੀ ਕਿ 1947 ਦੇ ਵਿੱਚ ਇਹਨਾਂ ਦੇ ਸਾਰੀ ਫੈਮਿਲੀ ਮਾਰੀ ਗਈ ਇੱਥੇ ਪਾਕਿਸਤਾਨ ਦੇ ਵਿੱਚ, ਅਤੇ ਇਹਨਾਂ ਦੇ ਅੱਜ ਦੋ ਭਾਈ ਨੇ ਚੜ੍ਹਦੇ ਪੰਜਾਬ ਤੋਂ ਆਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ
ਸ੍ਰੀਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਬਾਪੂ ਜੀ ਕੀ ਹਾਲ ਚਾਲ? ਠੀਕ ਠਾਕ ਹੋ? ਬਹੁਤ ਵਧੀਆ ਜੀ। ਸਭ ਤੋਂ ਪਹਿਲੇ ਬਾਪੂ ਜੀ ਆਪਣਾ ਨਾਂ ਦੱਸੋ ਤੇ ਆਪਣਾ ਪਿੰਡ ਦੱਸੋ, ਚੜ੍ਹਦੇ ਪੰਜਾਬ ਦੇ ਵਿੱਚ ਜਿੱਥੇ ਰਹਿੰਦੇ ਜੀ। ਮੇਰਾ ਨਾਮ ਗੁਰਮੁਖ ਸਿੰਘ, ਪਿੰਡ ਛਤਰਾਣਾ, ਡਿਸਟ੍ਰਿਕਟ ਪਟਿਆਲਾ, ਤਹਿਸੀਲ ਪਾਤੜਾਂ, ਪੰਜਾਬ ਦੇ ਰਹਿਣ ਵਾਲੇ ਹਾਂ। ਅਤੇ ਇੱਥੇ ਕਰਤਾਰਪੁਰ ਸਾਹਿਬ ਸਾਡੀ ਭੈਣ ਜੀ ਛੋਟੇ ਹੁੰਦੇ ਹੀ ਜਦੋਂ 47 'ਚ ਰੌਲੇ ਪਏ ਨੇ ਉਦੋਂ ਇਹ ਪਰਿਵਾਰ ਨਾਲੋਂ ਵਿਛੜ ਗਏ ਅਤੇ ਇੱਧਰ ਹੀ ਰਹਿ ਗਏ। ਇਹਨਾਂ ਬਾਰੇ ਸਾਡੇ ਬਜ਼ੁਰਗਾਂ ਨੂੰ ਕੋਈ ਸੂਹ ਨਹੀਂ ਸੀ ਵੀ ਹੈਗੇ ਨੇ ਜਾਂ ਮਾਰੇ ਗਏ ਨੇ। ਇਹ ਹੁਣ ਜੋ ਵਿਗਿਆਨੀ ਤਕਨੀਕ ਚੱਲੀ ਆ ਇੰਟਰਨੈੱਟ ਦੀ, ਇਹਦੇ ਰਾਹੀਂ ਇਹਨਾਂ ਦੀ ਸਾਨੂੰ ਸੂਹ ਮਿਲੀ ਅਤੇ ਇਹਨਾਂ ਨਾਲ ਗੱਲਬਾਤ ਹੋਈ, ਫਿਰ ਅਸੀਂ ਹੁਣ ਇਹਨਾਂ ਨੂੰ ਇੱਥੇ ਮਿਲਣ ਆਏ ਹਾਂ 70-75 ਸਾਲਾਂ ਬਾਅਦ। ਤੁਸੀਂ ਮਿਲੇ? ਹਾਂਜੀ। ਦੋ ਭਾਈ ਆਏ? ਅਸੀਂ ਦੋ ਭਾਈ ਆਏ ਹਾਂ, ਸਾਡਾ ਦੂਜਾ ਪਰਿਵਾਰ ਆਇਆ, ਬੱਚੇ ਆਏ ਨੇ ਨਾਲ ਗੁੱਡੀਆਂ, ਅਤੇ ਸਾਰਾ ਪਰਿਵਾਰ ਅਸੀਂ, ਹੋਰ ਭਰਾ ਸਾਡੇ, ਬਰਾਦਰੀ ਸਾਡੀ ਉੱਥੋਂ, ਅਸੀਂ 16-17 ਜੀ ਜਿਹੜੇ ਆ ਉਹ ਇਹਨਾਂ ਨੂੰ ਮਿਲਣ ਆਏ ਹਾਂ, ਆਪਣੀ ਭੈਣ। ਹਾਂਜੀ। ਅੱਛਾ ਸਰਦਾਰ ਜੀ, ਜਦੋਂ ਪਤਾ ਚੱਲਿਆ, ਹਾਂਜੀ, ਤਾਂ ਫਿਰ ਕੀ ਦਿਲ ਕਹਿੰਦਾ ਸੀ? ਦਿਲ ਤਾਂ ਇਹ ਕਹਿੰਦਾ ਸੀ ਵੀ ਆਪਾਂ ਦਿਨ ਚੜ੍ਹਦੇ ਤੋਂ ਪਹਿਲਾਂ ਉਹਨਾਂ ਨੂੰ ਮਿਲੀਏ, ਪਰ ਜਿਹੜੀਆਂ ਸਰਕਾਰਾਂ ਦੀਆਂ ਕੁਛ ਪਾਬੰਦੀਆਂ, ਉਹਨਾਂ ਦੇ ਥਰੂ ਜਿਹੜਾ ਕਾਗਜ਼ੀ ਕਾਰਵਾਈ ਕਰਨੀ ਪਈ ਉਹਦੇ ਕਰਕੇ ਸਾਨੂੰ ਘੱਟ ਤੋਂ ਘੱਟ ਵੀ ਕੁਛ ਕਰੋਨਾ ਕਰਕੇ ਇਹ ਬੰਦ ਕਰ ਦਿੱਤੇ ਗਏ, ਕੋਰੀਡੋਰ ਵੀ ਬੰਦ ਸੀ ਅਤੇ ਮੇਲ ਮਿਲਾਪ ਨਾ ਹੋਇਆ। ਹੁਣ ਕੁਛ ਰਹਿਮਤ ਹੋਈ ਆ ਮਾਲਕ ਦੀ ਅਤੇ ਕਰੋਨਾ ਦੀ ਬਿਮਾਰੀ ਤੋਂ ਵੀ ਛੁਟਕਾਰਾ ਹੋਇਆ ਕੁਛ, ਅਤੇ ਕਾਗਜ਼ ਪੱਤਰ ਸਾਰੇ ਫਿਰ ਅਸੀਂ ਤਿਆਰ ਕਰਕੇ ਅਤੇ ਫਿਰ ਇੱਥੇ ਪਹੁੰਚੇ ਹਾਂ। ਕਦੀ ਸੋਚਿਆ ਸੀ ਵੀ ਇੱਦਾਂ ਹੋ ਜਾਏਗਾ? ਨਹੀਂ, ਬਿਲਕੁਲ ਕਦੇ ਸੁਪਨੇ 'ਚ ਵੀ ਨਹੀਂ ਸੀ ਇਹ। ਜਦੋਂ ਬਜ਼ੁਰਗ ਸਾਨੂੰ ਬਹਿੰਦੇ ਸੀ, ਗੱਲਾਂ ਹੁੰਦੀਆਂ ਸੀ ਅਤੇ ਉਹ ਦੱਸਦੇ ਸੀ ਵੀ ਇਸ ਤਰ੍ਹਾਂ ਰਾਤ ਅਸੀਂ ਪਿੰਡੋਂ ਨਿਕਲੇ ਅਤੇ ਜਦੋਂ ਅਸੀਂ ਕੋਈ 10-12 ਮੀਲ ਪਿੰਡ ਤੋਂ ਦੂਰ ਆਏ ਅਤੇ ਰਾਤ ਦਾ ਹਨੇਰਾ ਹੋ ਗਿਆ 8-9 ਦਾ ਟਾਈਮ, ਉੱਥੇ ਕੁਛ ਸ਼ਰਾਰਤੀ ਲੋਕਾਂ ਨੇ ਹਮਲਾ ਕਰਤਾ, ਵੱਢ ਟੁੱਕ ਹੋਈ ਅਤੇ ਉੱਥੋਂ ਆਪਾਂ ਆਪਣੀ ਜਾਨ ਬਚਾ ਕੇ ਬਸ ਭੱਜਣ ਦੀ ਕੀਤੀ, ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ, ਜਿੱਧਰ ਕਿਸੇ ਦਾ ਮੂੰਹ ਹੋਇਆ ਚਲਾ ਗਿਆ। ਕੁਛ ਇੰਡੀਆ ਆਏ ਫਿਰ ਪਹੁੰਚ ਗਏ ਸਾਡੇ ਬਜ਼ੁਰਗ ਜਿਹੜੇ ਸੀ, ਉੱਥੋਂ ਫਿਰ ਅੰਮ੍ਰਿਤਸਰੋਂ, ਫਿਰ ਉੱਥੇ ਜਿਹੜਾ ਲੜਕਾ ਸੀ ਇੱਕ ਇਹਨਾਂ ਤੋਂ ਵੱਡਾ ਸੀ, ਉਹ 12-13 ਸਾਲ ਦਾ ਸੀ, ਜਿਹੜਾ ਤੁਹਾਡਾ ਭਾਈ ਸੀ, ਸਾਡਾ ਭਾਈ ਸੀ ਜਿਹੜਾ, ਉਹ ਫਿਰ ਬਜ਼ੁਰਗਾਂ ਦੇ ਨਾਲ ਉੱਥੇ ਅੰਮ੍ਰਿਤਸਰ ਪਹੁੰਚ ਗਏ। ਉਹਨੂੰ ਉੱਥੇ ਛੱਡ ਕੇ ਫਿਰ ਬਜ਼ੁਰਗ ਸਾਡੇ ਦੁਬਾਰਾ ਇੱਥੇ ਨਾਲ ਉਹਨਾਂ ਨੇ ਫੋਰਸ ਭੇਜੀ ਵੀ ਮੈਂ ਪਤਾ ਕਰਦਾ ਵੀ ਉਹ ਕਿਤੇ ਵਾਪਸ ਪਿੰਡ ਹੀ ਨਾ ਚਲੇ ਗਏ ਹੁਣ ਅਤੇ ਮੈਂ ਉਹਨਾਂ ਨੂੰ ਉੱਥੋਂ ਲਿਆ ਵਾਂ, ਪਰ ਉਹਨਾਂ ਨੂੰ ਇੱਥੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਉਹ 8-10 ਦਿਨ ਇੱਥੇ ਘੁੰਮ ਘੁੰਮਾ ਕੇ ਫਿਰ ਚਲੇ ਗਏ ਵਾਪਸ। ਜਾਂਦਿਆਂ ਨੂੰ ਉਹ ਜਿਹੜਾ ਲੜਕਾ ਸੀ ਉਹ ਖੂਹ 'ਚ ਡਿੱਗ ਕੇ ਉਸਦੀ ਵੀ ਮੌਤ ਹੋ ਗਈ, ਤੁਹਾਡੇ ਵੱਡੇ ਭਾਈ ਦੀ। ਹਾਂਜੀ। ਇਹ ਦੁਬਾਰਾ ਫਿਰ ਸਾਡੇ ਬਜ਼ੁਰਗ ਨੇ ਉੱਥੇ ਜਾ ਕੇ ਸ਼ਾਦੀ ਫਿਰ ਹਿੰਦੁਸਤਾਨ 'ਚ ਹੋਈ, 2 ਸਾਲ ਮੇਰਾ ਉਸ ਤੋਂ ਬਾਅਦ ਫਿਰ ਜਨਮ 47 ਤੋਂ ਬਾਅਦ ਹੋਇਆ। ਅਤੇ ਲਹਿੰਦੇ ਪੰਜਾਬ ਦਾ ਤੁਹਾਡਾ ਪਿੰਡ ਕਿਹੜਾ ਸੀ? ਲਹਿੰਦੇ ਪੰਜਾਬ ਸਾਡਾ ਸੇਖਵਾਂ ਪਿੰਡ ਸੀ, ਜ਼ਿਲ੍ਹਾ ਸ਼ੇਖਪੁਰਾ। ਜ਼ਿਲ੍ਹਾ ਸ਼ੇਖਪੁਰਾ ਜੀ। ਤੁਸੀਂ ਸੇਖੂ ਜੱਟ? ਹਾਂਜੀ, ਗੁੱਜਰਾਂ ਵਾਲੇ ਜੀ, ਸਾਡੇ ਨਾਨਕੇ ਸੀ ਜੀ। ਜੀ, ਅੱਜ ਕਿੰਨੀ ਕੁ ਖੁਸ਼ੀ ਮਿਲੀ 75 ਵਰਿਆਂ ਬਾਅਦ ਆਪਣੀ ਭੈਣ ਨੂੰ ਮਿਲਿਆ? ਦੇਖੋ ਜੀ, ਬਿਆਨ ਨਹੀਂ ਕੀਤੀ ਜਾਂਦੀ ਜਿੰਨੀ ਖੁਸ਼ੀ ਅੱਜ ਮਿਲ ਕੇ ਹੋਈ ਹੈ, ਅਤੇ ਬਹੁਤ ਹੀ ਦਿਲ ਖੁਸ਼ ਹੋਇਆ। ਦੋ ਕਾਰਜ ਹੋ ਗਏ, ਇੱਕ ਤਾਂ ਸਾਨੂੰ ਸਾਡਾ ਬਹੁਤ ਚਿਰ ਦੀ ਦਿਲ ਦੇ ਵਿੱਚ ਤਮੰਨਾ ਸੀ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਂਗੇ, ਉਹ ਵੀ ਪਰਮਾਤਮਾ ਨੇ ਕਰਾਏ। ਦੂਜਾ, ਸਾਡੀ ਭੈਣ ਜੀ ਦਾ ਮੇਲ ਹੋ ਗਿਆ, ਸਾਡੇ ਭਾਣਜੇ ਨੇ, ਸਾਡੀਆਂ ਭੈਣੇਵੀਆਂ ਨੇ, ਸਾਡੇ ਰਿਸ਼ਤੇਦਾਰ ਸਾਰੇ ਜਿੰਨੇ ਇੱਧਰ ਹੈਗੇ ਆ ਸਾਰੇ ਸਾਨੂੰ ਮਿਲਣ ਆਏ ਨੇ, ਬਹੁਤ ਖੁਸ਼ ਨੇ ਉਹ ਵੀ ਮਿਲ ਕੇ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ। ਬੜੀ ਖੁਸ਼ੀ ਹੋਈ ਹੈ, ਬੜੀ ਖੁਸ਼ੀ ਹੋਈ ਹੈ। ਇਹ ਕਿੰਨਵੀਂ ਮੁਲਾਕਾਤ ਆ? ਤੀਸਰੀ।
ਭਰਾਵਾਂ ਨਾਲ ਪਹਿਲੀ ਹੈ ਹਾਂਜੀ ਹਾਂਜੀ ਇੱਕ ਇੱਕ ਹਾਂਜੀ ਜੇ ਸਰਕਾਰਾਂ ਘੱਲਿਆ ਤਾਂ ਜਾਂ ਦੇਦਾ ਬਸ ਬੜੀ ਖੁਸ਼ੀ ਹੋਈ ਹੈ ਬੜੀ ਅੱਲਾਹ ਦੇ ਅੱਜ ਦੇ ਦਿਨ ਤੋਂ ਖੁਸ਼ ਹਾਂ ਪ੍ਰਾਪਤ ਜੇ ਪਿਛਲੇ ਵੀ ਆਏ ਨੇ ਅਗਲੇ ਵੀ ਆਏ ਨੇ ਮੈਂ ਬੜੀ ਅੱਜ ਕਿਸਮਤ ਵਾਲੀ ਹਾਂ ਨਾ ਜਦੋਂ ਪਤਾ ਲੱਗਾ ਉਦੋਂ ਕਿੱਦਾਂ ਦਾ ਮਹਿਸੂਸ ਹੋਇਆ ਸੀ ਕਿੱਦਾਂ ਦਾ ਲੱਗਾ ਵੀ ਮੇਰੇ ਭਾਈ ਵੀ ਹੈ ਨੇ ਹਾਂਜੀ ਹਾਂਜੀ ਬੜੀ ਖੁਸ਼ੀ ਹੋਈ ਅੱਛਾ ਅੰਗੂਠੀ ਵੀ ਲੈ ਕੇ ਆਏ ਹਾਂਜੀ ਅੰਗੂਠੀ ਵੀ ਵੰਗ ਵੀ ਕੱਪੜੇ ਵੀ ਭਾਈ ਲੈ ਕੇ ਹਾਂਜੀ ਤੁਸੀਂ ਕਿੰਨੇ ਮੈਂਬਰ ਆਏ ਹੋ ਸ਼ੇਖੂਪੁਰਾ ਤੋਂ ਅਸੀਂ ਘਰੇ ਪੰਜ ਅਸੀਂ ਚੌਂ ਕਾਰਾਂ 'ਤੇ ਆਏ ਇੱਕ ਤਰ੍ਹਾਂ ਕਾਰਾਂ 'ਤੇ ਇੱਕ ਟਿਊਟਾ ਅਸੀਂ ਵੀਹ ਪੰਜੀ ਜੀ ਹੈ ਬਾਈ ਤਰਾਈ ਜਿਹੜੇ ਨਾਲ ਬੈਠੇ ਤੁਹਾਡੇ ਭਾਈ ਨੇ ਹਾਂਜੀ ਇਹਨਾਂ 'ਚੋਂ ਵੱਡਾ ਕਿਹੜਾ ਇਹ ਅੱਛਾ ਛੋਟਾ ਹੈ ਵਾਲਾ ਹਾਂਜੀ ਕੀ ਹਾਲ ਚਾਲ ਨੇ ਬਾਪੂ ਜੀ ਠੀਕ ਹੋ ਠੀਕ ਠਾਕ ਜੀ ਬਹੁਤ ਵਧੀਆ ਅੱਜ ਤਾਂ ਦੱਸਿਆ ਨਹੀਂ ਜਾਂਦਾ ਵੀ ਹਾਲ ਜਿਹੜਾ ਹੈ ਵੀ ਇੰਨੀ ਖੁਸ਼ੀ ਹੈ ਅਤੇ ਮੇਰਾ ਨਾਮ ਬਲਦੇਵ ਸਿੰਘ ਹੈ ਇਹ ਵੱਡਾ ਮੇਰੇ ਤੋਂ ਗੁਰਮੁਖ ਸਿੰਘ ਹੈ ਅਤੇ ਅਸੀਂ ਚੜ੍ਹਦੇ ਪੰਜਾਬ ਤੋਂ ਆਏ ਹਾਂ ਇਹਨਾਂ ਦਾ ਪਤਾ ਲੱਗਾ ਜਦੋਂ ਭੈਣ ਸਾਡੀ ਦਾ ਵੀ ਇਹ ਫਲਾਣੇ ਪਿੰਡ ਨੇ ਗਾਲੋ ਧੀਆਂ ਉਸ ਤੋਂ ਬਾਅਦ ਫਿਰ ਅਸੀਂ ਇਹ ਹੀ ਚਾਹੁੰਦੇ ਸਾਂ ਵੀ ਸਾਨੂੰ ਕਦੋਂ ਟਾਈਮ ਮਿਲੇ ਤਾਂ ਅਸੀਂ ਜਾ ਕੇ ਮਿਲੀਏ ਮਤਲਬ ਐਂ ਵੀ ਇਹ ਹੁਣ ਕਾਗਜ਼ੀ ਕਾਰਵਾਈਆਂ ਜਿਹੜੀਆਂ ਨੇ ਹੁੰਦਿਆਂ ਟਾਈਮ ਲੱਗ ਜਾਂਦਾ ਨਹੀਂ ਸਰਕਾਰਾਂ ਨੇ ਜਿਹੜੀ ਆ ਵਿੱਚ ਪਾਬੰਦੀਆਂ ਲਾਈਆਂ ਨੇ ਉਹਨਾਂ ਕਰਕੇ ਸਾਨੂੰ ਟਾਈਮ ਹੀ ਨਹੀਂ ਮਿਲਿਆ ਅਸੀਂ ਡੇਢ ਸਾਲ ਹੋ ਗਿਆ ਸਾਨੂੰ ਵਿੱਚ ਆ ਕਰੋਨਾ ਕਰਕੇ ਪਹਿਲਾਂ ਤਾਂ ਬੰਦ ਹੋ ਗਿਆ ਉਹਦੇ ਕਰਕੇ ਸਾਨੂੰ ਟਾਈਮ ਨਹੀਂ ਮਿਲਿਆ ਹੁਣ ਕੋਈ ਆ ਖੁੱਲ੍ਹ ਮਿਲੀ ਹੈ ਇਹਦੇ ਕਰਕੇ ਫਿਰ ਅਸੀਂ ਆਖਿਆ ਵੀ ਹੁਣ ਟਾਈਮ ਮਿਲ ਗਿਆ ਚਲੋ ਹੁਣ ਅਸੀਂ ਇਹ ਇੱਧਰੋਂ ਆ ਗਏ ਸਾਰੇ ਪਰਿਵਾਰ ਇਹਨਾਂ ਦਾ ਦੇ ਨਾਲ ਅਸੀਂ ਤਾਂ ਉਹ ਜਿਨ੍ਹਾਂ ਨੇ ਇਹਨੂੰ ਬੱਚੀ ਬਣਾ ਕੇ ਪਾਲਿਆ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਉਹਨਾਂ ਦਾ ਨਾਮ ਯਾਦ ਹੈ ਮੁਬਾਰਕ ਅਲੀ ਉਹਨਾਂ ਦਾ ਨਾਂ ਸੀ ਜੀ ਜੀ ਅਤੇ ਉਹ ਰਣਜੀਤ ਕੋਟ ਦੇ ਰਹਿਣ ਵਾਲੇ ਸਨ ਉਹਨਾਂ ਨੇ ਦਿਲ 'ਚ ਉਹਨਾਂ ਦੇ ਰਹਿਮ ਆ ਗਿਆ ਉਹਨਾਂ ਨੇ ਇਹਨਾਂ ਨੂੰ ਆਪਣੀ ਧੀ ਬਣਾ ਕੇ ਪਾਲਿਆ ਉਹ ਇਹਨਾਂ ਦੇ ਦੱਸਣ ਮੁਤਾਬਕ ਹੀ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਜਦੋਂ ਇਹਨਾਂ ਨਾਲ ਰਾਬਤਾ ਹੋਇਆ ਫਿਰ ਇਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਆਪਣੀ ਧੀ ਬਣਾ ਕੇ ਪਾਲ ਕੇ ਬੜੀ ਖੁਸ਼ੀ ਦਿੱਤੀ ਉਹਨਾਂ ਨੇ ਇਹਦੀ ਇੰਨੀ ਪਰਵਰਿਸ਼ ਚੰਗੀ ਕੀਤੀ ਇਹ ਕਹਿੰਦੀ ਹੈ ਵੀ ਮੈਂ ਤਾਂ ਦੇਰ ਨਹੀਂ ਦੇ ਸਕਦੀ ਵੀ ਮੈਨੂੰ ਉਹਨਾਂ ਨੇ ਯਾਦ ਹੀ ਨਹੀਂ ਆਉਣ ਦਿੱਤਾ ਵੀ ਮੇਰਾ ਮਾਵਾਂ ਪਿਓ ਇਹ ਵੇ ਜਾਂ ਕੋਈ ਉੱਧਰ ਸੀ ਵੀ ਮੇਰੇ 'ਤੇ ਉਹਨਾਂ ਨੇ ਇੰਨਾ ਹੱਥ ਰੱਖਿਆ ਅੱਛਾ ਤੁਸੀਂ ਦੱਸ ਰਹੇ ਸੀ ਵੀ ਡੇਢ ਸਾਲ ਤੋਂ ਤੁਸੀਂ ਕੋਸ਼ਿਸ਼ ਕਰਨ ਡੇ ਹਾਂਜੀ ਅੱਜ ਆਏ ਹਾਂ ਹਾਂਜੀ ਅੱਜ ਆਏ ਅੱਜ ਸਾਨੂੰ ਹੁਣ ਵੀ ਇੱਕ ਮਹੀਨਾ ਹੋ ਗਿਆ ਸਾਨੂੰ ਇੱਕ ਮਹੀਨੇ ਦੇ ਕਾਗਜ਼ ਪੱਤਰ ਉੱਧਰੋਂ ਤਿਆਰ ਹੁੰਦਿਆਂ ਸਾਨੂੰ 24 ਤਰੀਕ ਫਿਰ ਮਿਲੀ ਇੱਧਰ ਦੀ 24 ਤਰੀਕ ਫਿਰ ਅੱਜ ਅਸੀਂ ਸਾਰੇ ਘੱਟੋ ਘੱਟ 16-17 ਜੀ ਹਾਂ ਅਸੀਂ ਨਾਲ ਸਾਡੇ ਹੋਰ ਵੀ ਭੈਣ ਭਰਾ ਨੇ ਭਤੀਜੇ ਨੇ ਸਾਡੀਆਂ ਘਰ ਦੀਆਂ ਵੀ ਆਈਆਂ ਨੇ ਉਹ ਸਾਰੀਆਂ ਨਾਲ ਆਈਆਂ ਨੇ ਅਤੇ ਅੱਜ ਮਿਲ ਕੇ ਤਾਂ ਬੜਾ ਸਾਨੂੰ ਸਾਰਿਆਂ ਨੂੰ ਚਾਅ ਇਸ ਗੱਲ ਦਾ ਵੀ ਖੂਨ ਹੈ ਸਾਡਾ ਖੂਨ ਸੀ ਜਦੋਂ ਇੱਕ ਦੂਜੇ ਨੂੰ ਮਿਲਿਆ ਤਾਂ ਸਾਡੇ ਤੋਂ ਅੱਖਾਂ 'ਚੋਂ ਹੰਝੂ ਵਗਿਆ ਬਗੈਰ ਰਹਿ ਨਹੀਂ ਸਕੇ ਵੀ ਇੰਨੇ ਚਿਰ ਬਾਅਦ ਮਿਲਾਪ ਹੋਇਆ ਪਹਿਲੀ ਮੁਲਾਕਾਤ ਸੀ ਇੰਨੇ 75 ਸਾਲ ਬਾਅਦ ਨਹੀਂ ਇਹ ਤੋਂ ਪਹਿਲਾਂ ਇਸ ਤਰ੍ਹਾਂ ਸੀ ਵੀ ਅਸੀਂ ਇੱਧਰ ਆਖ ਤਾਂ ਛੱਡਦੇ ਸਾਂ ਵੀ ਅਸੀਂ ਜਾਈਏ ਪਾਕਿਸਤਾਨ ਪਿਛਾਂ ਜਿੱਥੇ ਸਾਡੇ ਵਡੇਰੇ ਰਹਿ ਕੇ ਆਏ ਨੇ ਉੱਥੋਂ ਦਾ ਵੇਖੀਏ ਜਾ ਕੇ ਉਹ ਪਿੰਡ ਕਿਵੇਂ ਦੇ ਨੇ ਕਿੱਥੇ ਉਹ ਰਹੇ ਨੇ ਦਿਲ 'ਤੇ ਬੜਾ ਕਰਦਾ ਸੀ ਪਰ ਫਿਰ ਘੌਲ ਘਰ ਛੱਡਣੀ ਜਦੋਂ ਦਾ ਇਹਦਾ ਪਤਾ ਲੱਗਾ ਫਿਰ ਅਸੀਂ ਪਾਸਪੋਰਟ ਵੀ ਬਣਵਾਏ ਸਾਰਾ ਕੁਝ ਕਰਕੇ ਵੀ ਹੁਣ ਤਾਂ ਅਸੀਂ ਰਹਿਣਾ ਨਹੀਂ ਹੁਣ ਤਾਂ ਜਾਵਾਂਗੇ ਜ਼ਰੂਰ ਭੈਣ ਨੂੰ ਮਿਲਣਾ ਹੁਣ ਅਸੀਂ ਇੱਥੇ ਇਹਨੂੰ ਮਿਲ ਚੱਲੇ ਹਾਂ ਹੁਣ ਉਸ ਤੋਂ ਬਾਅਦ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਵੀਜ਼ਾ ਮਿਲ ਜਾਏ ਅਤੇ ਅਸੀਂ ਇਹਦੇ ਘਰ ਜਾ ਕੇ ਕੋਈ 10-15 ਦਿਨ ਰਹਿ ਕੇ ਸਾਰਾ ਉੱਧਰ ਪਰਿਵਾਰ ਇਹਦੇ ਜਾ ਕੇ ਮਿਲ ਕੇ ਫਿਰ ਤੁਰ ਕੇ ਸਾਰਾ ਇਹਦਾ ਵੇਖ ਕੇ ਆਈਏ ਅਤੇ ਜੇ ਸਰਕਾਰਾਂ ਸਾਨੂੰ ਕੋਈ ਦਿੱਤਾ ਵੀਜ਼ਾ ਤਾਂ ਅਸੀਂ ਜ਼ਰੂਰ ਛੇਤੀ ਨੂੰ ਫਿਰ ਪਿੰਡ ਜਾ ਕੇ ਮਿਲਾਂਗੇ ਨਹੀਂ ਜੀ ਸਰਦਾਰ ਜੀ ਇੱਧਰ ਤਾਂ ਤੁਹਾਡੀ ਇੱਜ਼ਤ ਇਹਤਰਾਮ ਰਿਸਪੈਕਟ ਬੜੀ ਕੀਤੀ ਜਾਂਦੀ ਜੀ ਬਹੁਤ ਜ਼ਿਆਦਾ ਸਾਨੂੰ ਅਸੀਂ ਤਾਂ ਜਦੋਂ ਕੋਰੀਡੋਰ ਤੋਂ ਅੱਗੇ ਆਏ ਹਾਂ ਜੀ ਜੀ ਇਹਨਾਂ ਹਰ ਜਿੰਨਾ ਵੀ ਇਹਨਾਂ ਦਾ ਮੁਲਾਜ਼ਮ ਜਿਹੜਾ ਵੀ ਕੋਈ ਮਿਲਿਆ ਸਾਨੂੰ ਉਹਨੇ ਸਾਨੂੰ ਬੜੇ ਪਿਆਰ ਅਦਬ ਨਾਲ ਸਾਨੂੰ ਉਹਨੇ ਸਤਿ ਸ਼੍ਰੀ ਅਕਾਲ ਬੁਲਾ ਕੇ ਰੋਕ ਰੋਕ ਕੇ ਸਗੋਂ ਉਹਨਾਂ ਕਿਹਾ ਵੀ ਕਿੱਥੋਂ ਆਏ ਹੋ ਸਰਦਾਰ ਜੀ ਉਹਨਾਂ ਇੱਕ ਮਿੰਟ ਖਲੋਵੋ ਸਾਡੇ ਕੋਲ ਮਤਲਬ ਬਹੁਤ ਪਿਆਰ ਨਾਲ ਬੋਲੇ ਨੇ ਸਾਡੇ ਨਾਲ ਬਹੁਤ ਸੋਹਣਾ ਪੇਸ਼ ਆਏ ਚੱਕਰ ਪਾਕਿਸਤਾਨ ਬਿਲਕੁਲ ਲਾਵਾਂਗੇ ਅਸੀਂ ਤਾਂ ਹੁਣ ਵੀਜ਼ਾ ਲੱਗਣ ਦੀ ਅਸੀਂ ਤਾਂ ਕਹਿੰਦੇ ਹਾਂ ਸਵੇਰੇ ਲੱਗ ਜਾਏ
ਜਦੋਂ ਵੀ ਲੱਗ ਗਿਆ ਆਵਾਂਗੇ ਜ਼ਰੂਰ ਆਵਾਂਗੇ। ਪਾਕਿਸਤਾਨ ਆ ਕੇ ਅਸੀਂ ਬੜਾ ਖੁਸ਼ ਹਾਂ ਕਿਉਂਕਿ ਇੱਧਰ ਦੇ ਲੋਕਾਂ ਨੇ ਸਾਡਾ ਬਹੁਤ ਆਦਰ ਕੀਤਾ ਜਿਹੜੇ ਹੋਰ ਵੀ ਸਨ। ਇਹ ਤਾਂ ਚਲੋ ਹੁਣ ਪਰਿਵਾਰ ਹੀ ਸਾਡਾ, ਭਾਣਜੇ ਭਾਣਜੀਆਂ ਸਾਰੇ ਅਗਾਂਹ ਨੂੰਹਾਂ ਨੇ ਸਾਡੀਆਂ ਇਹਨਾਂ ਨੇ, ਅਤੇ ਜਿਹੜੇ ਹੋਰ ਵੀ ਸਾਨੂੰ ਇੱਥੇ ਮਿਲੇ ਨੇ ਕੋਲ ਖਲੋ ਕੇ ਵਹਿੰਦੇ ਨੇ ਵੀ ਇੰਨੇ ਚਿਰ ਬਾਅਦ ਇਹ ਮਿਲੇ ਨੇ, ਅਤੇ ਇਹ ਵੇਖੋ ਕਿੱਡੀ ਸੋਹਣੀ ਗੱਲ ਹੈ। ਹਾਂਜੀ ਸਰਦਾਰ ਜੀ ਜਾਣ ਲੱਗੇ ਜੇ ਹੁਣ ਖਤਮ ਹੋ ਗਿਆ ਹੁਣ ਟਾਈਮ ਹੋਊਗਾ ਦਾਦੀ ਅਮਾ ਜਾਣ ਨੂੰ ਜੀ ਕਰਦਾ ਭਰਾਵਾਂ ਦੇ ਨਾਲ। ਜੀ ਸਰਦਾਰ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ, ਅਤੇ ਚਲੋ ਫਿਰ ਕਿਸੇ ਵੀਡੀਓ ਦੇ ਨਾਲ ਮਿਲਦੇ ਹਾਂ, ਸਾਨੂੰ ਇਜਾਜ਼ਤ ਦਿਓ।